ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 29 ਤੋਂ 31 ਅਕਤੂਬਰ ਮੌਸਮ ਪੰਜਾਬ ਸੋ ਮੌਸਮ ਚ ਵੱਡਾ ਬਦਲਾ ਹਵਾਵਾਂ ਤਾਪਮਾਨ ਬਦਲ ਮੀਂਹ ਦੀ ਜਾਣਕਾਰੀ ਸੋ ਤੁਹਾਡੇ ਜ਼ਿਲ੍ਹੇ ਦਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਸੋ 29 ਤੋਂ 31 ਤੱਕ ਪੰਜਾਬ ਦੇ ਮੌਸਮ ਦੀ ਕਰਾਂਗੇ ਇਸ ਵੀਡੀਓ ਚ ਗੱਲ ਤੇ ਜਾਣਨ ਦੇ ਲਈ ਵੀਡੀਓ ਨੂੰ ਦੇਖਿਓ ਅੰਤ ਤੱਕ ਤੁਹਾਨੂੰ ਪੂਰੀ ਖਬਰ ਦਾ ਬਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਇਸ ਵੇਲੇ ਦੀ ਵੱਡੀ ਖਬਰ ਮੌਸਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਪਾ ਗੱਲ ਕਰਾਂਗੇ ਪੰਜਾਬ ਦੇ ਮੌਸਮ ਬਾਰੇ 28 29 30 ਅਤੇ 31 ਅਕਤੂਬਰ ਦੀ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਮੌਸਮ ਦੀਆਂ ਪੰਜਾਬ ਵਿੱਚ ਰਹਿਣ ਵਾਲੀਆਂ ਨੇ ਅਕਤੂਬਰ ਦੇ ਆਖਰੀ ਹਫਤੇ ਦੇ ਆਖਰੀ ਦਿਨਾਂ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਗੱਲ ਕਰੀਏ 28 ਅਕਤੂਬਰ ਦੀ ਤਾਂ ਮੌਸਮ ਦਾ ਪੰਜਾਬ ਜ਼ਿਆਦਾਤਰ ਸਾਫ਼ ਤੇ ਖੁਸ਼ਕ ਬਣਿਆ ਰਹੇਗਾ ਕਿਸੇ ਵੀ ਇਲਾਕੇ ਵਿੱਚ ਕੋਈ ਵੀ ਬਦਲਵਾਈ ਦੀ ਨਜ਼ਰ ਨਹੀਂ ਆ ਰਹੀ ਸਵੇਰ ਸਮੇਂ ਜ਼ਿਆਦਾਤਰ ਇਲਾਕਿਆਂ ਵਿੱਚ ਜੋਤ ਹੁੰਦਾ ਹੈ ਸੋ ਦੇਖਣ ਨੂੰ ਧੁੰਦ ਜੀ ਮਿਲੇਗੀ ਜਿਸ ਦੇ ਨਾਲ ਹੀ ਝੋਣ ਵਾਲੇ 3-4 ਦਿਨਾਂ ਚ ਮੌਸਮ ਲਗਭਗ ਸਾਫ਼ ਤੇ ਖੁਸ਼ਕ ਬਣਿਆ ਰਹੇਗਾ ਕਿਸੇ ਵੀ ਇਲਾਕੇ ਦੇ ਵਿੱਚ ਮੌਸਮ ਦੀ ਵੱਡੀ ਹਲਚਲ ਜਾਂ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਦੇਸ਼ ਭਰ ਦੇ ਵਿੱਚ ਜੋ ਮੌਸਮ ਹੈ ਉਸ ਦੇ ਵਿੱਚਕਾਰ ਕਾਫੀ ਬਦਲਾਅ ਚੁੱਕਾ ਹੈ ਠੰਡ ਵਧਣੀ ਸ਼ੁਰੂ ਹੋ ਗਈ ਹੈ ਜੀ ਦੁਪਹਿਰ ਅਤੇ ਰਾਤ ਦੇ ਤਾਪਮਾਨ 'ਚ ਕਾਫੀ ਫਰਕ ਪੈ ਗਿਆ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਸਮੇਤ ਦੇਸ਼ ਦੇ ਪਰ ਦੇ ਤਾਪਮਾਨ ਚ ਗਰਾਵਟ ਦਰਜ ਕੀਤੀ ਗਈ ਹੈ ਸੋ ਰਾਤ ਦੇ ਨਾਲੋਂ ਪਹਿਲਾਂ ਹੁਣ ਵੀ ਬਹੁਤ ਫਰਕ ਦਿਖਾਈ ਦੇ ਰਿਹਾ ਹੈ ਦਿਨ ਰਾਤ ਦੇ ਤਾਪਮਾਨ ਚ ਖਾਸਾ ਫਰਕ ਦੋਸਤੋ ਪੈ ਗਿਆ ਜੀ ਸ਼ਾਮ ਤੇ ਸਵੇਰੇ ਮੌਸਮ ਠੰਡਾ ਰਹਿੰਦਾ ਹੈ ਦੁਪਹਿਰ ਸਮੇਂ ਤੁੱਪ ਨਾਲ ਮੌਸਮ ਠੀਕ ਹੋ ਜਾਂਦਾ ਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਤੇ ਘਟੋ ਘੜ ਤਾਪਮਾਨ 17 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ